ਲੁਧਿਆਣਾ ਤੋਂ ਪੂਰਾ ਮਾਮਲਾ ਆਇਆ ਸਾਹਮਣੇ, ਜਿੱਥੇ ਕਿ ਇੱਕ ਦਰਿੰਦੇ ਵੱਲੋਂ 9 ਸਾਲ ਦੀ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ, ਫਿਰ ਉਸਦਾ ਗਲਾ ਘੁੱਟ ਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਇੰਨਾ ਹੀ ਕਰਕੇ ਦਰਿੰਦੇ ਦਾ ਮਨ ਨਹੀਂ ਭਰਿਆ, ਫਿਰ ਇਸਨੂੰ ਕੰਬਲ ਵਿੱਚ ਲਪੇਟ ਕੇ ਤੀਜੀ ਮੰਜ਼ਿਲ ਤੋਂ ਹੇਠਾਂ ਸੁੱਟ ਦਿੱਤਾ ਜਾਂਦਾ ਹੈ। ਜਾਣਕਾਰੀ ਮੁਤਾਬਿਕ ਪ੍ਰਵਾਸੀ ਪਰਿਵਾਰ ਦੀ 9 ਸਾਲ ਦੀ ਬੱਚੀ ਖੇਡਦੀ ਹੁੰਦੀ ਹੈ। ਉੱਥੇ ਹੀ ਕੁਆਟਰ ਵਿੱਚ ਰਹਿਣ ਵਾਲੇ ਸ਼ਖਸ ਵੱਲੋਂ ਉਸਨੂੰ ਆਪਣੇ ਕਮਰੇ ਵਿੱਚ ਲਿਜਾ ਕੇ ਉਸ ਨਾਲ ਦਰਿੰਦਗੀ ਦੀਆਂ ਹੱਦਾਂ ਪਾਰ ਕੀਤੀਆਂ ਜਾਂਦੀਆਂ ਨੇ। 24 ਘੰਟਿਆਂ ਦੇ ਅੰਦਰ ਪੁਲਿਸ ਵੱਲੋਂ ਦਰਿੰਦੇ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਤੇ ਦਰਿੰਦੇ ਵੱਲੋਂ ਆਪਣਾ ਜੁਰਮ ਕਬੂਲ ਕਰ ਲਿਆ ਗਿਆ। ਪੁਲਿਸ ਵੱਲੋਂ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਤਕਰੀਬਨ 11 ਕੁ ਵਜੇ ਥਾਣਾ ਮੋਤੀ ਨਗਰ ਤੋਂ ਇੱਕ ਸ਼ੇਰਪੁਰ ਜਿਹੜੀ ਕਾਲੋਨੀ ਹੈਗੀ ਹੈ, ਫੌਜੀ ਕਾਲੋਨੀ, ਉੱਥੋਂ ਇੱਕ ਇਤਲਾਹ ਮਿਲੀ ਸੀ ਵੀ ਇੱਕ 8-9 ਸਾਲ ਦੀ ਬੱਚੀ ਦਾ ਜਿਹੜਾ ਮਰਡਰ ਹੋਇਆ। ਉਹਦੇ ਵਿੱਚ ਸਾਡੇ ACP 4 ਪ੍ਰਭਜੋਤ ਅਤੇ ACP ਇੰਡਸਟਰੀ ਏ ਅਤੇ ਨਾਲ ਉਹਨਾਂ ਦੀ ਮੋਤੀਨਗਰ ਦੇ SHO ਅਤੇ ਨਾਲ SHO 7 ਅਤੇ CI ਦੀ ਟੀਮ, ਇਹਨਾਂ ਨੇ ਬੜੀ ਮਿਹਨਤ ਕੀਤੀ ਕਿਉਂਕਿ ਉਸ ਵੇਲੇ ਜਿਹੜਾ ਬਲਾਈਂਡ ਮਰਡਰ ਸੀ ਅਤੇ ਜਿਹੜੇ ਹਾਲਾਤ ਸੀ ਵੀ ਬੱਚੀ ਨਾਲ ਰੇਪ ਕਰਕੇ ਜਿਹੜਾ ਉਹਦਾ ਮਰਡਰ ਕੀਤਾ ਗਿਆ ਸੀ, ਤਾਂ ਉਹਦੇ ਵਿੱਚ ਸਾਡੀ ਟੀਮ ਨੇ ਬੜੀ ਅੱਛੀ ਮਿਹਨਤ ਕੀਤੀ ਜਿਹੜਾ 24 ਘੰਟਿਆਂ ਦੇ ਅੰਦਰ ਜਿਹੜਾ ਉਸ ਮੁਕੱਦਮੇ ਨੂੰ ਟਰੇਸ ਕੀਤਾ ਅਤੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ। ਜਿਹੜਾ ਇਹ ਲੜਕਾ ਸੀ ਦੋਸ਼ੀ ਗ੍ਰਿਫਤਾਰ ਕੀਤਾ, ਉਹਨੇ ਆਪਣੀ ਇਸ ਗੱਲ ਦਾ ਕਨਫੈਸ਼ਨ ਕੀਤਾ। ਉਹਨੇ ਕਨਫੈਸ਼ਨ ਕੀਤਾ ਵੀ ਮੈਂ ਉਸ ਬੱਚੀ ਨਾਲ ਜਿਹੜਾ ਰੇਪ ਕੀਤਾ ਅਤੇ ਉਹਦਾ ਜਿਹੜਾ ਹੱਥ ਮੂੰਹ ਦੇ ਉੱਤੇ ਹੱਥ ਰੱਖ ਕੇ ਸਾਹ ਘੁੱਟ ਕੇ ਜਿਹੜਾ ਉਹਦਾ ਜਿਹੜੀ ਲੜਕੀ ਦੀ ਬੱਚੇ ਦੀ ਮੌਤ। ਬੇਸਿਕਲੀ ਜਿਹੜਾ ਫੌਜੀ ਕਾਲੋਨੀ ਉੱਥੇ ਜਿਹੜਾ ਵਿਹੜੇ ਹੈ ਉਸ ਵਿਹੜੇ 'ਤੇ 3rd ਫਲੋਰ 'ਤੇ ਰਹਿੰਦਾ ਅਤੇ ਜਿਹੜੀ ਮ੍ਰਿਤਕ ਜਿਹੜਾ ਬੱਚਾ ਉਹ ਗਰਾਊਂਡ ਫਲੋਰ 'ਤੇ ਰਹਿੰਦਾ। ਸਾਰੇ ਪ੍ਰਵਾਸੀ ਹੈ, ਸਾਰਿਆਂ ਦਾ ਪਿਛੋਕੜ ਜਿਹੜਾ ਬਿਹਾਰ ਤੋਂ। ਜਿਹੜਾ ਇਹ ਬੱਚੀ ਹੈ ਇਹਦਾ ਪਰਿਵਾਰ ਵੀ ਫੈਕਟਰੀ 'ਚ ਕੰਮ ਕਰਦਾ, ਲੇਬਰ ਹੈ, ਇਹਦੇ ਮਦਰ ਫਾਦਰ ਜੋਬ ਕਰਦੇ ਆ, ਬੱਚੀ ਘਰ ਰਹਿੰਦੀ ਹੈ। ਬੱਚੀ 8-9 ਸਾਲ ਦੀ ਸੀ ਜਿਹੜੀ ਉੱਤੇ ਛੱਤ ਦੇ ਉੱਤੇ ਖੇਲ ਰਹੀ ਸੀ। ਜਿਹੜਾ ਇਹ ਦੋਸ਼ੀ ਹੈ ਇਹ 3rd ਫਲੋਰ ਦੇ ਉੱਤੇ ਰਹਿੰਦਾ ਹੈ, ਇਹ ਅਡਿਕਟ ਹੈ, ਸ਼ਰਾਬੀ ਹੈ, ਤਾਂ ਇਹਦੀ ਜਿਹੜੀ ਵਾਈਫ ਅਤੇ ਬੱਚੇ ਵੀ ਇਹਦੇ ਜਿਹੜਾ ਉਹਨਾਂ ਨਾਲ ਮਾੜਾ ਬਿਹੇਵ ਕਰਨ ਨਾਲ ਉਹ ਵੀ ਇਹਨੂੰ ਛੱਡ ਕੇ ਜਾ ਚੁੱਕੇ ਹਨ। ਜਿਹੜਾ ਇੱਥੇ ਇਕੱਲਾ ਹੀ ਉਸ ਕੁਆਟਰ 'ਚ ਰਹਿੰਦਾ। ਕਿੰਨੀ ਕੁ ਦੇਰ ਤੋਂ ਰਹਿ ਰਿਹਾ ਸੀ ਸਰ ਇੱਥੇ? ਇਹ ਰੀਸੈਂਟਲੀ ਕਹਿੰਦੇ 5-4 ਮਹੀਨਿਆਂ ਤੋਂ ਉੱਥੇ ਰਹਿੰਦਾ, ਅਦਰਵਾਈਜ਼ ਇਹ ਮਤਲਬ ਪੰਜਾਬ 'ਚ ਕਾਫੀ ਚਿਰ ਤੋਂ। ਟੂ ਟਾਈਮ ਵੈਰੀਫਿਕੇਸ਼ਨਸ ਵੀ ਹੁੰਦੀਆਂ, ਬਟ ਇਹਦੇ ਵਿੱਚ ਸਾਰੀ ਲੇਬਰ ਕਲਾਸ ਰਹਿੰਦੀ ਹੈ, ਜਿੰਨੇ ਪ੍ਰਵਾਸੀ ਮਜ਼ਦੂਰ ਹੈ ਜਿਹੜੇ ਇੱਥੇ ਫੈਕਟਰੀ ਇੰਡਸਟਰੀ ਜਿਹੜੀਆਂ ਸਾਰੀਆਂ ਚੱਲਦੀਆਂ, ਉਹ ਲੇਬਰ ਇੱਕ ਉਹਦਾ ਹਿੱਸਾ ਹੈ, ਤਾਂ ਉਹਦੇ ਵਿੱਚ ਨੋ ਡਾਊਟ ਬਹੁਤ ਸਾਰੇ ਚੰਗੇ ਲੋਕ ਵੀ ਹੈ। ਆਪਾਂ ਇਹ ਨਹੀਂ ਕਹਿ ਸਕਦੇ ਸਾਰੀ ਲੇਬਰ ਮਾੜੀ ਹੈ, ਬੜੇ ਮਿਹਨਤਕਸ਼ ਲੋਕ ਹੈ ਜਿਹੜੇ, ਪਰ ਇਹਦੇ ਵਿੱਚ ਕੁਛ ਮਾੜੇ ਲੋਕ ਵੀ ਹੁੰਦੇ ਹੈ, ਕ੍ਰਾਈਮ ਹੁੰਦਾ, ਬਟ ਇਸ ਕ੍ਰਾਈਮ ਜਿਹੜਾ ਇਹ ਮਾੜਾ ਕ੍ਰਾਈਮ ਹੋਇਆ ਸੀ, ਛੋਟੀ ਬੱਚੀ 8-9 ਸਾਲ ਦੀ ਬੱਚੀ ਨਾਲ ਰੇਪ ਕਰਕੇ ਉਹਦਾ ਮਰਡਰ ਹੋਇਆ ਸੀ, ਸਾਡੀ ਟੀਮ ਨੇ ਬੜੇ ਅੱਛੇ ACP 4 ਦੀ ਇਹਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਬੜੀ ਅੱਛੀ ਸਾਡੀ ਟੀਮ ਨੇ ਮਿਹਨਤ ਕੀਤੀ, 24 ਘੰਟੇ ਟਰੇਸ ਕੀਤਾ, ਦੋਸ਼ੀ ਨੂੰ ਜਿਹੜਾ ਗ੍ਰਿਫਤਾਰ ਕੀਤਾ ਔਰ ਉਹਨੇ ਇਸ ਗੱਲ ਦਾ ਕਨਫੈਸ਼ਨ ਕੀਤਾ। ਉਹ ਜਤਿੰਦਰ ਕੁਮਾਰ ਸ਼ਾਹ ਹੈ ਜੋ ਬਿਹਾਰ ਦਾ ਰਹਿਣ ਵਾਲਾ ਅਤੇ ਇੱਥੇ ਦਿਹਾੜੀ ਦਾ ਜਿਹੜਾ ਲੇਬਰ ਦਾ ਕੰਮ ਕਰਦਾ। ਇਹਨੂੰ ਮੋਤੀਨਗਰ ਥਾਣੇ ਦੇ ਏਰੀਏ 'ਚੋਂ ਗ੍ਰਿਫਤਾਰ ਕੀਤਾ। ਸ਼ਰਾਬ ਪੀਂਦਾ ਅਲਕੋਹਲਿਕ ਹੈ ਅਤੇ ਇਹਨੇ ਸ਼ਰਾਬ ਦਾ ਸੇਵਨ ਕੀਤਾ ਹੋਇਆ ਸੀ ਅਤੇ ਅਕਸਰ ਜਿਹੜਾ ਇਹਨੇ ਜੋ ਵਾਰਦਾਤ ਕੀਤੀ ਹੈ ਉਹ ਤੋਂ ਪਹਿਲਾਂ ਕੀਤੀ ਸੀ ਅਤੇ ਜਿਹੜਾ ਪ੍ਰੀਵੀਅਸ ਰਿਕਾਰਡ ਹੈ ਅਸੀਂ ਮਤਲਕਾ ਇਹਦੇ ਪੁਲਿਸ ਸਟੇਸ਼ਨ ਤੋਂ ਬਿਹਾਰ ਤੋਂ ਚੈੱਕ ਕਰਕੇ ਵੀ ਇਹਦਾ ਕੋਈ ਪ੍ਰੀਵੀਅਸ ਰਿਕਾਰਡ ਕੋਈ ਕ੍ਰਿਮੀਨਲ ਤਾਂ ਨਹੀਂ ਹੈਗਾ, ਜੇ ਹੋਇਆ ਤਾਂ ਉਹਨੂੰ ਵੀ ਅਸੀਂ ਜ਼ਰੂਰ ਔਨ ਰਿਕਾਰਡ ਲਿਆਵਾਂਗੇ। 11 ਵਜੇ 8 ਤਰੀਕ ਨੂੰ ਦਿਨੇ 11 ਵਜੇ ਦਾ ਹੈਗਾ, ਉਦੋਂ ਜਿਹੜਾ ਇਹਨੇ ਅੰਜਾਮ ਦਿੱਤਾ। ਜਦੋਂ ਬੱਚੀ ਨਾਲ ਰੇਪ ਕੀਤਾ ਅਤੇ ਉਹਦੇ ਮੂੰਹ 'ਤੇ ਹੱਥ ਰੱਖਿਆ, ਸਾਹ ਘੁੱਟਿਆ ਗਿਆ ਬੱਚੇ ਦਾ ਅਤੇ ਬੱਚੇ ਦੀ ਮੌਤ ਹੋ ਗਈ, ਉਹ ਤੋਂ ਬਾਅਦ ਅਨਕੌਂਸ਼ੀਅਸ ਹੋ ਗਿਆ, ਮੌਤ ਹੋ ਗਈ, ਇਹਨੇ ਫਿਰ ਉਹਨੂੰ ਬੱਚੀ ਨੂੰ ਕੰਬਲ ਦੇ ਵਿੱਚ ਲਪੇਟ ਕੇ ਛੱਤ ਤੋਂ ਥੱਲੇ ਸੁੱਟਤਾ, ਤਾਂ ਜਦੋਂ ਥੱਲੇ ਬੱਚੀ ਗਿਰੀ ਤਾਂ ਉਦੋਂ ਜਦੋਂ ਪੁਲਿਸ ਨੂੰ ਇਤਲਾਹ ਮਿਲੀ ਉਦੋਂ ਮ੍ਰਿਤਕ ਸੀ।